ਨਕੋਦਰ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਕਾਫੀ ਲੰਬੇ ਟਾਈਮ ਤੋਂ ਲੋਕਾਂ ਨੂੰ ਇੰਤਜ਼ਾਰ ਸੀ ਲੋਕ ਸਭਾ ਵੋਟਾਂ ਦਾ। ਅੱਜ ਵੱਖ ਵੱਖ ਕੈਂਡੀਡੇਟ ਦੇ ਉਮੀਦਵਾਰਾਂ ਦੀ ਕਿਸਮਤ ਜੋ ਡੱਬਿਆਂ ਦੇ ਵਿੱਚ ਬੰਦ ਹੋਣ ਜਾ ਰਹੀ ਹੈ, ਔਰ ਧੁੰਨ ਵੀ ਲੈ ਚੱਲਦੇ ਹਾਂ ਵੱਖ ਵੱਖ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਕਿੱਥੇ ਲੋਕ ਵੋਟਿੰਗ ਕਰ ਰਹੇ ਨੇ। ਸਭਾ ਇਲੈਕਸ਼ਨ ਹੁਣ ਜਾ ਰਹੇ, ਵੋਟਾਂ ਵਿੱਚ ਲੋਕਾਂ ਦਾ ਕਾਫੀ ਜ਼ਿਆਦਾ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ। ਲੋਕਵਾਡ ਵਿੱਚ ਪਿੰਡ ਦੇ ਵਿੱਚ ਖੜਿਆ ਵਾਲੇ ਇੱਥੋਂ ਵੋਟਰਾਂ ਤੋਂ ਜਾਣਦੇ ਹਾਂ ਕਿ ਵੋਟਾਂ ਦਾ ਜੋ ਪ੍ਰੋਗਰਾਮ ਹੈ ਕਿੱਦਾਂ ਦਾ ਚੱਲ ਰਿਹਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਸ ਤਰ੍ਹਾਂ ਦਾ ਵੋਟਾਂ ਦਾ ਰੁਝਾਨ ਚੱਲ ਰਿਹਾ? ਬਹੁਤ ਵਧੀਆ ਚੱਲ ਰਿਹਾ ਜੀ। ਕਿੰਨੀ ਵੋਟ ਪੋਲ ਹੋ ਚੁੱਕੀ ਹੈ ਇੱਥੇ? 200 ਹੋ ਚੁੱਕੀ ਆ, ਟੋਟਲ ਵੋਟ 550 ਆ, ਅਤੇ ਸਾਡੇ ਪਿੰਡ ਦਾ ਬਹੁਤ ਵਧੀਆ ਭੁਗਤਾਨ ਹੋ ਰਿਹਾ, ਕੋਈ ਲੜਾਈ ਝਗੜਾ ਨਹੀਂ, ਬਹੁਤ ਵਧੀਆ ਤਰੀਕੇ ਨਾਲ ਭੁਗਤਾਨ ਹੋ ਰਿਹਾ। ਇੱਕੋ ਹੀ ਬੂਥ ਲੱਗਾ ਸਾਡੇ ਇੱਥੇ ਪਿੰਡ 'ਚ, ਸਾਰੇ ਇਲਾਕੇ 'ਚ ਲਾਡੀ ਸ਼ੇਰੋ ਵਾਲੀਏ ਨੇ, ਸਾਡੇ MLA ਸਾਹਿਬ ਨੇ ਬਹੁਤ ਵਧੀਆ ਕੰਮ ਕਰ ਰਹੇ ਆ ਅਤੇ ਕੀਤੇ ਆ ਅਤੇ ਕਰ ਰਹੇ ਆ, ਇਸ ਕਰਕੇ ਸਾਡਾ ਸਾਰਾ ਹੀ ਇਲਾਕਾ ਉਹਨਾਂ ਦੇ ਨਾਲ ਸਾਥ ਦੇ ਰਿਹਾ।